ਤੀਰਾ ਗੂੰਦ ਜਿਹੜਾ ਆ ਇਹੋ ਆਯੁਰਵੈਦ ਦੇ ਵਿੱਚ ਪਿੱਤ ਦੇ ਰੋਗ ਨੂੰ ਸ਼ਾਂਤ ਕਰਨ ਦੇ ਵਾਸਤੇ ਵਰਤਿਆ ਜਾਂਦਾ ਆ। ਆਓ ਅੱਜ ਦੇਖਦੇ ਹਾਂ ਕਿ ਜਿਹੜਾ ਇਹ ਕਤੀਰਾ ਗੂੰਦ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਘਰੇ ਬਣਾ ਸਕਦੇ ਹੋ। ਜੇ ਕਿਸੇ ਦੇ ਕੋਈ ਐਸਿਡ ਦੀ ਪ੍ਰੋਬਲਮ ਚੱਲ ਰਹੀ ਹੈਗੀ ਹੈ ਤੇ ਉਸ ਨੂੰ ਤੁਸੀਂ ਘਰੇ ਬੈਠੇ ਜਿਹੜਾ ਆ ਉਹਨੂੰ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹੋ। ਜਿਵੇਂ ਕਿ ਇਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਕਤੀਰਾ ਗੂੰਦ ਜਿਹੜਾ ਆ ਉਸ ਨੂੰ ਥੋੜਾ ਜਿਹਾ ਲੈ ਕੇ ਅਸੀਂ ਇਸ ਡੱਬੇ ਦੇ ਵਿੱਚ ਪਾ ਲੈਣਾ ਔਰ ਬੋਇਲਡ ਵਾਟਰ ਨੂੰ ਠੰਡਾ ਕਰਕੇ ਫਿਰ ਇਹਨੂੰ ਵਿੱਚ ਦੇ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਪਾ ਲੈਣਾ। ਫਿਰ ਇਹਨੂੰ ਤੁਸੀਂ ਢੱਕ ਕੇ ਸਾਰੀ ਰਾਤ ਜਿਹੜਾ ਆ ਇਹਨੂੰ ਢੱਕਿਆ ਰਹਿਣ ਦੇਣਾ। ਜਦੋਂ ਤੁਸੀਂ ਸਵੇਰੇ ਉੱਠੋਗੇ ਦੇਖੋਗੇ ਇਸ ਤਰੀਕੇ ਦੇ ਨਾਲ ਇਹ ਫੁੱਲ ਜਾਂਦਾ ਹੁੰਦਾ। ਸੋ ਫੁੱਲਣ ਤੋਂ ਬਾਅਦ ਜਿਹੜਾ ਆ ਇਹਨੂੰ ਤੁਸੀਂ ਥੋੜਾ ਜਿਹਾ ਕੱਚਾ ਦੁੱਧ ਲੈ ਕੇ ਐਂਡ ਫਿਰ ਅਗੇਨ ਇਹਦੇ ਵਿੱਚ ਬੋਇਲਡ ਕਰਕੇ ਠੰਡਾ ਕਰਕੇ ਪਾਣੀ ਜਿਹੜਾ ਆ ਉਹ ਤੁਸੀਂ ਇਹਦੇ ਵਿੱਚ ਇਹਨੂੰ ਪਾ ਲੈਣਾ। ਦੋ ਢੱਕਣ ਜਿਹੜੇ ਹੈਗੇ ਆ ਤੁਸੀਂ ਇਹਦੇ ਰੂਹ ਅਫਜ਼ਾ ਦੇ ਇਹਦੇ ਵਿੱਚ ਪਾਉਣੇ ਹੁੰਦੇ ਆ ਨਾਲ ਦੀ ਨਾਲ। ਇਹ ਜਿਹੜਾ ਰੂਹ ਅਫਜ਼ਾ ਅਸੀਂ ਦੋ ਜਣਿਆਂ ਵਾਸਤੇ ਬਣਾ ਰਹੇ ਹਾਂ ਸੋ ਇਹਦੇ ਵਿੱਚ ਅਸੀਂ ਅਬਾਊਟ 3 ਕੁ ਚਮਚੇ ਕਤੀਰਾ ਗੂੰਦ ਜਿਹੜਾ ਉਹ ਪਾ ਰਹੇ ਹਾਂ, ਅਬਾਊਟ 1.5 ਕੁ ਚਮਚਾ ਇੱਕ ਪਰਸਨ ਦੇ ਵਾਸਤੇ। ਬਾਕੀ ਤੁਸੀਂ 1 ਚਮਚੇ ਤੋਂ ਵੀ ਸ਼ੁਰੂ ਕਰ ਸਕਦੇ ਹੈਗੇ। ਸੋ ਇਹਨੂੰ ਹੌਲੀ ਹੌਲੀ ਇਦਾਂ ਹਿਲਾਈ ਜਾਣਾ, ਹਿਲਾ ਕੇ ਇਹਦਾ ਰੰਗ ਜਿਹੜਾ ਆ ਪਿੰਕ ਹੋ ਜਾਣਾ ਤੇ ਇਹ ਜਿਹੜਾ ਤੁਹਾਡਾ ਜਿਹੜਾ ਕਤੀਰਾ ਗੂੰਦ ਆ ਇਹ ਤਿਆਰ ਹੈ। ਇਹ ਤੁਸੀਂ ਖਾਲੀ ਪੇਟ ਜਿਹੜਾ ਇਹਨੂੰ ਖਾਣਾ ਹੁੰਦਾ ਮੇਕ ਸ਼ੋਰ, ਤੇ ਨਾਲ ਦੀ ਨਾਲ ਇਹ ਖਾਣ ਤੋਂ ਅਬਾਊਟ ਘੰਟੇ ਕੁ ਤੱਕ ਜਿਹੜਾ ਹੈਗਾ ਤੁਸੀਂ ਕੁਝ ਹੋਰ ਜਿਹੜਾ ਆ ਉਹ ਨਹੀਂ ਖਾਣਾ ਹੁੰਦਾ।